ਮਹਾ ਗਗਨਦੀਪ ਸਿੰਘ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਹੋ ਗਈ ਹੈ ਕਿਉਂਕਿ ਮਾਮਲਾ ਦਰਜ ਹੋਇਆ ਸੀ 307 ਦਾ 427 ਔਰ 128 ਦਾ ਔਰ ਹੁਣ ਸਿਮਰਜੀਤ ਬੈਂਸ ਦੀ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਕੱਲ ਇਲਜ਼ਾਮ ਲੱਗੇ ਸੀ ਕਿ ਫਾਇਰ ਹੋਇਆ ਹੈ ਔਰ ਸਿਮਰਜੀਤ ਬੈਂਸ ਦੀ ਗੋਲੀ ਚਲਾਉਂਦਿਆਂ ਦੀ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕੱਲ ਜਦੋਂ ਸਿਮਰਜੀਤ ਬੈਂਸ ਔਰ ਕਮਲਜੀਤ ਕੜਵਲ ਦੇ ਵਿਚਕਾਰ ਝੜਪ ਹੁੰਦੀ ਹੈ ਗੱਡੀਆਂ ਦੀ ਭੰਨ ਤੋੜ ਹੋ ਜਾਂਦੀ ਹੈ ਔਰ ਉਦੋਂ ਇਲਜ਼ਾਮ ਕਮਲਜੀਤ ਕੜਵਲ ਦੇ ਵੱਲੋਂ ਲਗਾਏ ਜਾਂਦੇ ਨੇ ਕਿ ਗੋਲੀਆਂ ਤੱਕ ਜਿਹੜੀਆਂ ਨੇ ਉਹ ਸਿਮਰਜੀਤ ਬੈਂਸ ਦੇ ਵੱਲੋਂ ਚਲਾਈਆਂ ਗਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਿਮਰਜੀਤ ਬੈਂਸ ਜਿਨ੍ਹਾਂ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਹੈ ਗਰੇ ਰੰਗ ਦੀ ਕੋਟੀ ਪਾਈ ਹੋਈ ਹੈ ਤੇ ਪਿੰਕ ਕਲਰ ਦੀ ਉਹਨਾਂ ਨੇ ਪਗ ਬੰਨੀ ਹੋਈ ਹੈ ਤਾਂ ਸਿਮਰਜੀਤ ਬੈਂਸ ਦੀ ਇਹ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਸਿਮਰਜੀਤ ਬੈਂਸ ਜਿਹੜੇ ਨੇ ਉਹ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਸੇ ਦੇ ਆਧਾਰ ਦੇ ਉੱਤੇ ਐਫ ਆਈ ਆਰ ਦਰਜ ਹੋਈ ਸੀ ਕਿ ਕਤਲ ਦਾ ਇਲਜ਼ਾਮ ਉਹਨਾਂ ਦੇ ਉੱਤੇ ਲਗਾਇਆ ਗਿਆ ਹੈ ਤਾ ਇਹ ਖਾਸ ਤੌਰ ਦੇ ਉਤੇ ਐਕਸਕਲੂਸਿਵ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋ ਪੰਜਾਬ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਤਾਂ ਸਿਮਰਜੀਤ ਬੈਂਸ ਦੇ ਉੱਤੇ ਐਫ ਆਈ ਆਰ ਦਰਜ ਹੋਈ ਸੀ ਅਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਸੀ ਔਰ ਹੁਣ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਹੋ ਗਈ ਹੈ ਗ੍ਰਿਫਤਾਰੀ ਕਰਨ ਸਮੇਂ ਝੜਪ ਜੜੀ ਹੈ ਉਹ ਵੀ ਵਰਕਰਾਂ ਤੇ ਪੁਲਿਸ ਮੁਲਾਜ਼ਮਾਂ ਦੇ ਦੌਰਾਨ ਹੋਈ ਸੀ ਪੁਲਿਸ ਦੀ ਰੈਪਿਡ ਫੋਰਸ ਵੀ ਉੱਥੇ ਪਹੁੰਚੀ ਸੀ ਔਰ ਇਹ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਰਿਵਾਲਵਰ ਜਿਹੜਾ ਹੈ ਉਹ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਹਵਾ ਦੇ ਵਿੱਚ ਲਹਿਰਾਇਆ ਜਾ ਰਿਹਾ ਜਾ ਰਿਹਾ ਫਾਇਰਿੰਗ ਤੱਕ ਦੀ ਜਿਹੜੀ ਹੈ ਉਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਲਜ਼ਾਮ ਜਿਹੜੇ ਸੀ ਉਹ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਵੱਲੋਂ ਲਗਾਏ ਗਏ ਸੀ ਕਿ ਫਾਇਰਿੰਗ ਤੱਕ ਜਿਹੜੀ ਹੈ ਉਹ ਹੋਈ ਹੈ ਔਰ ਇਹ ਐਕਸਕਲੂਸਿਵ ਵੀਡੀਓ ਦੇਖ ਸਕਦੇ ਹੋ ਕਿਵੇਂ ਰਿਵਾਲਵਰ ਹਵਾ ਦੇ ਵਿੱਚ ਸਿਮਰਜੀਤ ਬੈਂਸ ਲੈਰਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਫਾਇਰਿੰਗ ਤੱਕ ਦੀ ਜਿਹੜੀ ਹੈ ਉਹ ਉਥੋਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਤਾਂ ਐਕਸਕਲੂਸਿਵ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਸਿਮਰਜੀਤ ਬੈਂਸ ਹਵਾ ਦੇ ਵਿੱਚ ਰਿਵਾਲਵਰ ਲੈਰਾ ਰਹੇ ਨੇ ਹਾਲਾਂਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਤਾਂ ਉਦ ਜਮ੍ਹਾਂ ਕਰਾਉਣੇ ਹੁੰਦੇ ਨੇ ਪਰ ਸਿਮਰਜੀਤ ਬੈਂਸ ਜਿਹੜੇ ਨੇ ਉਹ ਰਿਵਾਲਵਰ ਦੇ ਰਾਹੀਂ ਹਵਾ ਦੇ ਵਿੱਚ ਜਾਂ ਸਿੱਧੇ ਤੌਰ ਦੇ ਉੱਤੇ ਫਾਇਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਕਸਕਲੂਸਿਵ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਸਿਮਰਜੀਤ ਬੈਂਸ ਦੀ ਜਿਸ ਦੇ ਆਧਾਰ ਦੇ ਉੱਤੇ ਹੀ ਇਹ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਬੈਂਸ ਦੇ ਉੱਤੇ 307 ਦਾ ਅਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਹੈ ਕੱਲ ਕਮਲਜੀਤ ਕੜਵਲ ਜਦੋਂ ਆਪਣੇ ਏਰੀਆ ਦੇ ਵਿੱਚ ਕੈਂਪੇਨ ਕਰ ਰਹੇ ਸੀ ਪ੍ਰਚਾਰ ਕਰ ਰਹੇ ਸੀਤਾ ਉਦੋਂ ਉਹਨਾਂ ਦੇ ਸਪੋਰਟਰਾਂ ਦੀ ਔਰ ਸਿਮਰਜੀਤ ਬੈਂਸ ਦੇ ਸਪੋਰਟਰਾਂ ਦੀ ਝੜਪ ਹੋ ਜਾਂਦੀ ਹੈ ਉੱਥੇ ਮਾਹੌਲ ਤਨਾਪੂਰਣ ਬਣ ਜਾਂਦਾ ਹੈ ਔਰ ਫਿਰ ਉਸ ਤੋਂ ਬਾਅਦ ਆਪਸ ਦੇ ਵਿੱਚ ਹੱਥੋ ਪਾਈ ਹੁੰਦੀ ਹੈ ਇੱਟਾ ਰੋੜੇ ਚੱਲਦੇ ਨੇ ਗੱਡੀ ਦੀ ਭੰਨ ਤੋੜ ਹੁੰਦੀ ਹੈ ਫੋਰਚੂਨਰ ਗੱਡੀ ਪੂਰੀ ਤਰੀਕੇ ਦੇ ਨਾਲ ਭੰਨ ਦਿੱਤੀ ਜਾਂਦੀ ਹੈ ਔਰ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਪਹਿਲੀ ਵਾਰ ਦੀ ਕੋਈ ਗੱਲ ਨਹੀਂ ਕਿ ਜਦੋਂ ਇਹ ਦੋਵੇਂ ਸਿਆਸੀ ਵਿਰੋਧੀ ਇੱਕੋ ਸਾਹਮਣੇ ਹੋਏ ਹੋਣ ਇਸ ਤੋਂ ਪਹਿਲਾਂ ਵੀ ਇਹਨਾਂ ਦੋਵਾਂ ਦੇ ਵਰਕਰ ਜਿਹੜੇ ਸੀ ਉਹ ਪੋਸਟਰ ਵਿਵਾਦ ਨੂੰ ਲੈ ਕੇ ਪੋਸਟਰ ਲਗਾਉਣ ਨੂੰ ਲੈ ਕੇ ਆਮੋ ਸਾਹਮਣੇ ਹੋਏ ਸੀ ਉਦੋਂ ਵੀ ਇਹਨਾਂ ਦੇ ਵਿੱਚ ਟਕਰਾਅ ਹੋਇਆ ਸੀ ਪਰ ਉਦੋਂ ਐਫ ਆਈ ਆਰ ਦਰਜ ਨਹੀਂ ਹੋਈ ਸੀ ਹੁਣ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਔਰ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਫਤਾਰ ਕਰ ਲਿਆ ਤੇ ਔਰ ਇਹ ਵੀਡੀਓ ਖਾਸ ਤੌਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਵੀਡੀਓ ਸਿਮਰਜੀਤ ਬੈਂਸ ਦੀ ਗੋਲੀ ਚਲਾਉਂਦੇ ਆ ਦੀ ਸਾਹਮਣੇ ਆਈ ਹੈ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਇਹ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਏਕਸਕਲੂਸਿਵ ਵੀਡੀਓ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਿਮਰਜੀਤ ਬੈਂਸ ਦੀ ਗੋਲੀ ਚਲਾਉਂਦੇ ਆ ਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਤਾਂ ਸਿਮਰਜੀਤ ਬੈਂਸ ਦੀ ਗ੍ਰਫਤਾਰੀ ਹੋਈ ਹੈ ਮੁਸ਼ਕਲਾਂ ਵਧੀਆਂ ਨੇ ਸਿਮਰਜੀਤ ਬੈਂਸ ਦੀਆਂ ਔਰ ਹੁਣ ਸਿਮਰਜੀਤ ਬੈਂਸ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਹਵਾ ਦੇ ਵਿੱਚ ਰਿਵੋਲਵਰ ਉਹਨਾਂ ਦੇ ਵੱਲੋਂ ਲਹਿਰਾਇਆ ਜਾ ਰਿਹਾ ਹੈ ਲੋਕ ਉੱਥੇ ਜੋ ਮੌਜੂਦ ਸੀ ਉਹਨਾਂ ਦਾ ਕਹਿਣਾ ਸੀ ਕਿ ਫਾਇਰ ਵੀ ਹੋਏ ਨੇ ਹਵਾ ਦੇ ਵਿੱਚ ਫਾਇਰ ਵੀ ਹੋਏ ਨੇ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਤਾਂ ਇਹ 360 ਦਾ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ 447 ਤੇ ਨਾਲ ਹੀ 147 ਦਾ ਮਾਮਲਾ ਵੀ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਤਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਐਕਸਕਲੂਸਿਵ ਤਸਵੀਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਸਿਮਰਜੀਤ ਇਹ ਐਫ ਆਈ ਆਰ ਦਰਜ ਹੋਈ ਸੀ اور ਨਾਲ ਹੀ ਹੁਣ ਉਹਨਾਂ ਦੀ ਇਹ ਤਸਵੀਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸਿਮਰਜੀਤ ਬੈਂਸ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਕਸਰ ਪੰਜਾਬ ਦੀਆਂ ਚੋਣਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਚੋਣਾਂ ਦੇ ਦੌਰਾਨ ਇਹੋ ਜਿਹੇ ਹਿੰਸਕ ਝੜਪਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਚੋਣਾਂ ਦੇ ਦੌਰਾਨ ਫਾਇਰ ਹੁੰਦੇ ਹੋਏ ਵੀ ਨਜ਼ਰ ਆਉਂਦੇ ਨੇ ਇਟਾ ਰੋੜੇ ਵੀ ਚਲਦੇ ਹੋਏ ਨਜ਼ਰ ਆਉਂਦੇ ਨੇ ਬੂਥ ਕੈਪਚਰਿੰਗ ਹੁੰਦੀ ਹੋਈ ਵੀ ਨਜ਼ਰ ਆਉਂਦੀ ਹੈ ਬੂਥਾਂ ਦੇ ਉੱਤੇ ਭੰਨ ਤੋੜ ਵੀ ਨਜ਼ਰ ਆਉਂਦੀ ਹੈ ਪਰ ਇਹ ਚੋਣਾਂ ਤੋਂ ਪਹਿਲਾਂ ਹੀ ਇਹ ਤਸਵੀਰ ਨ ਉਮੀਦਵਾਰ ਆਹਮੋ ਸਾਹਮਣੇ ਹੋ ਗਏ ਔਰ ਦੋਵਾਂ ਦੇ ਵਿਚਕਾਰ ਟਕਰਾਅ ਹੋਇਆ ਟਕਰਾਅ ਹੋਇਆ ਔਰ ਬੈਂਸ ਨੂੰ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ ਪੁਲਿਸ ਦੇ ਵੱਲੋਂ ਬੈਂਸ ਦੀ ਗ੍ਰਿਫਤਾਰੀ ਹੋ ਗਈ ਹੈ ਤਾਂ ਸਭ ਤੋਂ ਪਹਿਲਾਂ ਏਕਸਕਲੂਸਿਵ ਤਸਵੀਰ ਤੁਸੀਂ ਦੇਖ ਸਕਦੇ ਹੋ ਬੈਂਸ ਦੀ ਜਿੱਥੇ ਬੈਂਸ ਦੇ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਔਰ ਇਹ ਬੈਂਸ ਦੀ ਤਸਵੀਰ ਜਿਹੜੀ ਹੈ ਇਹ ਕੋਵੀ ਚਲਾਉਂਦੇ ਜਿੱਥੇ ਸਾਫ਼ ਤੌਰ ਦੇ ਉੱਤੇ ਬੈਂਸ ਨਜ਼ਰ ਆਉਣਗੇ ਜਿਸ ਦੇ ਵਿੱਚ ਟੱਟਾ ਕੁਰਤਾ ਮੇਵਾ ਪਾਇਆ ਹੋਇਆ ਔਰ ਨਾਲ ਹੀ ਉਹਨਾਂ ਦੇ ਵੱਲੋਂ ਪਿੰਕ ਕਲਰ ਦੀ ਪੱਗ ਬੰਨੀ ਹੋਈ ਹੈ ਪੀਲੇ ਪਿੰਕ ਰੰਗ ਦੀ ਪੱਗ ਬੰਨੀ ਹੋਈ ਹੈ ਇਹੀ ਬੈਂਸ ਦੀ ਤੇ ਤਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਉਹ ਗੋਲੀਆਂ ਚਲਾ ਰਹੇ ਨੇ ਤਾਂ ਇੱਕ ਬੈਂਸ ਦੀ ਤਸਵੀਰ ਇਸ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੈਂਸ ਨੇ ਗੋਲੀਆਂ ਚਲਾਈਆਂ ਸੀ ਤਾਂ ਦੋਵੇਂ ਜਾਣੇ ਇਹ ਸਿਆਸੀ ਵਿਰੋਧੀ ਨੇ ਆ ਆਮਣੇ ਸਾਹਮਣੇ ਨੇ ਔਰ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕੜਵਲ ਦੇ ਵੱਲੋਂ ਕਿ ਬੈਂਸ ਦੇ ਵੱਲੋਂ ਇਹ ਸਭ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਬੈਂਸ ਆਪਣੀ ਸੀਟ ਹਾਰ ਰਹੇ ਨੇ ਤਾਂ ਆਤਮ ਨਗਰ ਦੀ ਇਹ ਤਸਵੀਰ ਹੈਗੀ ਹੈ ਜਿਸ ਦੇ ਵਿੱਚ ਜਦੋਂ ਪ੍ਰਚਾਰ ਚੱਲ ਰਿਹਾ ਸੀ ਤਾਂ ਉਦੋਂ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਇਹ ਭੰਨਤੋੜ ਕੀਤੀ ਗਈ ਹਥਿਆਰ ਹਵਾ ਦੇ ਵਿੱਚ ਸੱਤ ਜੜੇ ਨੇ ਉਹ ਲਾਹ ਰਾ ਦਿੱਤੇ ਗਏ ਔਰ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਸ਼ੇਸ ਸਿਮਰਜੀਤ ਬੈਂਸ ਨੂੰ ਨਹੀਂ ਪਤਾ ਹੋਵੇਗਾ ਜਾਂ ਅੰਦਾਜ਼ਾ ਨਹੀਂ ਹੋਵੇਗਾ ਕਿ ਇਹ ਮਾਮਲਾ ਐਡਾ ਭਾਰੀ ਪੈ ਸਕਦਾ ਹੈ ਗ੍ਰਿਫਤਾਰੀ ਤੱਕ ਹੋ ਸਕਦੀ ਹੈ ਤਾਂ 307 ਦੇ ਪਰਚੇ ਦੇ ਵਿੱਚ ਸਿੱਧੀ ਗ੍ਰਿਫਤਾਰੀ ਹੋਈ ਹੈ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਹੈ ਅੱਜ ਸਿਮਰਜੀਤ ਬੈਂਸ ਕੋਰਟ ਕੰਪਲੈਕਸ ਦੇ ਵਿੱਚ ਪਹੁੰਚੇ ਸੀ ਕੋਰਟ ਕੰਪਲੈਕਸ ਦੇ ਵਿੱਚ ਉਹਨਾਂ ਦੇ ਵੱਲੋਂ ਉੱਥੇ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਤਾ ਗਿਆ ਸੀ ਵਕੀਲਾਂ ਦੇ ਫਾਇਰ ਜਿਹੜਾ ਹੈ ਉਹ ਉੱਥੇ ਹੁੰਦਾ ਹੋਇਆ ਨਜ਼ਰ ਆਇਆ ਤਾਂ ਸਿੱਧੀਆਂ ਤਸਵੀਰਾਂ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਿਮਰਜੀਤ ਬੈਂਸ ਦੀਆਂ ਜਿਸ ਦੇ ਵਿੱਚ ਬੈਂਸ ਦੇ ਵੱਲੋਂ ਫਾਇਰ ਕੀਤੇ ਗਏ ਨੇ ਇਹ ਸੂਚਨਾ ਜਿਹੜੀ ਹੈ ਉਹ ਕਾਂਗਰਸ ਦੇ ਵੱਲੋਂ ਦਿੱਤੀ ਗਈ ਹੈ ਕਾਂਗਰਸ ਦੇ ਉਮੀਦਵਾਰ ਦੇ ਵੱਲੋਂ ਦਿੱਤੀ ਗਈ ਹੈ ਔਰ ਉਹਨਾਂ ਦਾ ਕਹਿਣਾ ਸੀ ਕਿ ਬੈਂਸ ਦੇ ਵੱਲੋਂ ਫਾਇਰ ਕੀਤਾ ਗਿਆ ਹੈ ਔਰ ਬੈਂਸ ਦੇ ਵੱਲੋਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਆਧਾਰ ਦੇ ਉੱਤੇ ਬੈਂਸ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਔਰ ਬੈਂਸ ਦੀ ਹੁਣ ਮੁਸ਼ਕਲਾਂ ਵੱਧ ਗਈਆਂ ਨੇ ਚੋਣਾਂ ਦੇ ਵਿੱਚ ਦਿਨ ਥੋੜੇ ਰਹਿ ਗਏ ਨੇ ਪ੍ਰਚਾਰ ਜੋਰਾ ਸ਼ੋਰਾ ਦੇ ਉੱਤੇ ਹੋ ਰਿਹਾ ਹੈ ਹਰ ਇੱਕ ਸਿਆਸੀ ਪਾਰਟੀ ਇਸ ਲਈ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਪਰ ਆਪਣੇ ਵਿਰੋਧੀ ਦੇ ਨਾਲ ਇਸ ਤਰੀਕੇ ਦਾ ਵਤੀਰਾ ਕਰਨਾ ਕਿੰਨਾ ਕ ਜਾਇਜ਼ ਹੈ ਤੁਸੀਂ ਕਮੈਂਟ ਕਰਕੇ ਆਪਣੇ ਸੁਝਾਅ ਵੀ ਦੇ ਸਕਦੇ ਹੈਗੇ ਹੋ ਕਿ ਜੋ ਕੱਲ ਦੀ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਕਿੰਨੀ ਜਾਇਜ਼ ਹੈ ਕਿ ਜਦੋਂ ਦੋ ਉਮੀਦਵਾਰ ਜਾਂ ਜਿੰਨੇ ਉਮੀਦਵਾਰ ਮੈਦਾਨ ਦੇ ਵਿੱਚ ਹੁੰਦੇ ਨੇ ਤਾਂ ਆਪਸ ਦੇ ਵਿੱਚ ਕੀ ਇਹੋ ਜੀ ਝੜਪ ਕਿੰਨੀ ਤੁਹਾਨੂੰ ਜਾਇਜ਼ ਲੱਗਦੀ ਹੈ ਔਰ ਇਥੋਂ ਤੱਕ ਦੀ ਜਿਹੜੇ ਆ ਹਾਲਾਤ ਪੈਦਾ ਕਰਨੇ ਕਿ ਗੋਲੀਆਂ ਚਲਾਉਣੀਆਂ ਪੈ ਜਾਣ ਹਥਿਆਰ ਲੈ ਰਾਉਣੇ ਪੈ ਜਾਣ ਗੱਡੀਆਂ ਦੀ ਭੰਨ ਤੋੜ ਕਰਨੀ ਪੈ ਜੇ ਔਰ ਜੋ ਬੈਂਸ ਦੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਿਉਂਕਿ ਬੈਂਸ ਦੇ ਉੱਤੇ ਕੋਈ ਪਹਿਲਾ ਮਾਮਲਾ ਨਹੀਂ ਹੈ ਬੈਂਸ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਹੋ ਰੱਕੇ ਨੇ ਰੇਪ ਦਾ ਮਾਮਲਾ ਹੋਵੇ ਜਾਂ ਫਿਰ ਉਸ ਤੋਂ ਪਹਿਲਾਂ ਕੋਵਿਡ ਗਾਈਡਲਾਈਨਸ ਦੀ ਗੱਲ ਹੋਵੇ ਉਸ ਦੀ ਵੀ ਉਲੰਘਣਾ ਜਿਹੜੀ ਹੈ ਉਹ ਬੈਂਸ ਦੇ ਵੱਲੋਂ ਕੀਤੀਆਂ ਗਈਆਂ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਹਾਲੀ ਦੇ ਵਿੱਚ ਰਾਹਤ ਮਿਲੀ ਸੀ ਬੈਂਸ ਨੂੰ ਕਿਉਂਕਿ ਮਾਮਲਾ ਰੇਪ ਦਾ ਸੀ ਔਰ ਰੇਪ ਦੇ ਮਾਮਲੇ ਦੇ ਵਿੱਚ ਬੈਂਸ ਨੂੰ ਜਿਹੜੀ ਸੀਗੀ ਉਹ ਸਿੱਧੇ ਸਿੱਧੇ ਤੌਰ ਦੇ ਉੱਤੇ ਗ੍ਰਿਫਤਾਰੀ ਦੇ ਹੁਕਮ ਸੀ ਪਰ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਨੂੰ ਪਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ ਪਰ ਹੁਣ ਉਸ ਮਾਮਲੇ ਦੇ ਵਿੱਚ ਰਾਹਤ ਆ ਭਾਵੇਂ ਬੈਂਸ ਨੂੰ ਮਿਲ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਵੱਡਾ ਝਟਕਾ ਬੈਂਸ ਨੂੰ ਲੱਗਿਆ ਹੈ ਗੋਲੀ ਚਲਾਉਂਦਿਆਂ ਦੀ ਜੋ ਵੀਡੀਓ ਇਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਉਸੇ ਵੀਡੀਓ ਦੇ ਆਧਾਰ ਦੇ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਔਰ ਬੈਂਸ ਦੀ ਗ੍ਰਿਫਤਾਰੀ ਹੋ ਗਈ ਹੈ ਹੁਣ ਕਿੰਨੀ ਦੇਰ ਤੱਕ ਬੈਂਸ ਜੇਲ੍ਹ ਦੇ ਵਿੱਚ ਰਹੂਗਾ ਸਲਾਖਾਂ ਦੇ ਪਿੱਛੇ ਰਹਿਣਗੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਚੋਣਾਂ ਚੱਲ ਰਹੀਆਂ ਨੇ ਚੋਣਾਂ ਦਾ ਜਿਸ ਤਰੀਕੇ ਨਾਲ ਸਿਆਸੀ ਖਾੜਾ ਪਕਿਆ ਹੋਇਆ ਔਰ ਉਸ ਦੌਰ ਦੇ ਵਿੱਚ ਦਰਮਿਆਨ ਸਿਮਰਜੀਤ ਬੈਂਸ ਦੀ ਇਹ ਗੋਲੀ ਚਲਾਉਂਦਿਆਂ ਦੀ ਵੀਡੀਓ ਔਰ ਸਿਮਰਜੀਤ ਬੈਂਸ ਦੇ ਉੱਤੇ ਹੋਈ ਐਫ ਆਈ ਆਰ ਤੇ ਫਿਰ ਬਾਅਦ ਦੇ ਵਿੱਚ ਗ੍ਰਿਫਤਾਰੀ ਕਈ ਸਵਾਲ ਖੜੇ ਕਰਦੀ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੁਹਾਡੇ ਵਿਚਾਰ ਵੀ ਅਸੀਂ ਇਸ ਦੇ ਵਿੱਚ ਜੋੜਾਂਗੇ ਕਿ ਤੁਹਾਡਾ ਕੀ ਕਹਿਣਾ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਇਹੋ ਜਿਹਾਂ ਤਕਰੀਰਾਂ ਇਹੋ ਜਿਹੇ ਜਿਹੜੇ ਜਦੋਂ ਟੱਕਰੇ ਹੋ ਜਾਂਦੇ ਨੇ ਤਾਂ ਇਹ ਨੁਕਸਾਨ ਕਿਸ ਦਾ ਕਰਦੇ ਨੇ ਮੁੱਦਿਆਂ ਦੀ ਗੱਲ ਲੋਕ ਘੱਟ ਕਰਦੇ ਨੇ ਸਿਆਸਤਦਾਨ ਮੁੱਦਿਆਂ ਦੀ ਗੱਲ ਕੱਟ ਕਰਦੇ ਨੇ ਔਰ ਆਪਸੀ ਕਿੜ ਜੜੀ ਆ ਉਹ ਵੱਧ ਕੱਢੀ ਜਾਂਦੀ ਹੈ ਜਦੋਂ ਕੋਈ ਟਾਕਰਾ ਕਿਸੇ ਉਮੀਦਵਾਰ ਦੇ ਨਾਲ ਹੁੰਦਾ ਤਾਂ ਆਪਸੀ ਕਿੜ ਜੜੀ ਆ ਉਹਨਾਂ ਦੇ ਵੱਲੋਂ ਜ਼ਿਆਦਾ ਕੱਢੀ ਜਾਂਦੀ ਹੈ ਔਰ ਮੁੱਦਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਕੋਈ ਗੱਲ ਨਹੀਂ ਰੱਖੀ ਜਾਂਦੀ ਤਾਂ ਇਹ ਖਾਸ ਤੌਰ ਦੇ ਉੱਤੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਕਿਤਨਾ ਕਿੱਥੇ ਵਿਗਾੜ ਦੀਆਂ ਹੋਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਗਨ ਕਲਚਰ ਦੀ ਗੱਲ ਹੁੰਦੀ ਹੈ ਕਹਿੰਦੇ ਨੇ ਕਿ ਗਨ ਕਲਚਰ ਨਹੀਂ ਹੋਣਾ ਚਾਹੀਦਾ ਪਰ ਜਦੋਂ ਸਿਆਸਤਦਾਨ ਆਪ ਹੀ ਗਨ ਕਲਚਰ ਵਾਲੀਆਂ ਚੀਜ਼ਾਂ ਨੂੰ ਕਰਨ ਆਪ ਹੀ ਗੋਲੀਆਂ ਚਲਾਉਣ ਤਾਂ ਉਹ ਕੀ ਚੀਜ਼ ਜਾਇਜ਼ ਹੈ ਕਿਉਂ ਇਹਨਾਂ ਦੇ ਵੱਲੋਂ ਆਪਣਾ ਹਥਿਆਰ ਜਮਾ ਨਹੀਂ ਕਰਵਾਇਆ ਗਿਆ ਕਿਉਂਕਿ ਚੋਣਾਂ ਦੇ ਦਰਮਿਆਨ ਸਾਰੇ ਹਥਿਆਰਾਂ ਨੂੰ ਕਿਹਾ ਦਿੱਤਾ ਜਾਂਦਾ ਜਿਸ ਦੇ ਕੋਲ ਲਾਇਸੈਂਸੀ ਹਥਿਆਰ ਹੈ ਉਹ ਆਪਣੇ ਆਪਣੇ ਹਥਿਆਰ ਜਮਾ ਕਰਵਾ ਦਿਓ ਤਾਂ ਕਿਉਂ ਇਹ ਹਥਿਆਰ ਜਮਾ ਨਹੀਂ ਕਰਾਇਆ ਗਿਆ ਤਾਂ ਜਰਨੈਲ ਸਿੰਘ ਕਹਿ ਰਹੇ ਨੇ ਕਿ ਅੱਜ ਕੜਵਲ ਸਾਹਮਣੇ ਕੀ ਹੈ ਸੀ ਕਿ ਅਜੇ ਹਾਲਾਤਾਂ ਵਿੱਚ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਲੱਗਦਾ ਸੀ ਕੜਵਲ ਪਿੱਛੇ ਹਨ ਪਿੱਛੇ ਸਕਦੇ ਹਨ ਇਸ ਲਈ ਕਾਂਗਰਸ ਪਾਰਟੀ ਨੇ ਕਰਵਾਈ ਕਾਰਵਾਈ ਕੀਤੀ ਹੈ ਬੈਂਸ ਸਮਰਥਕ ਵੀ ਵੀਡੀਓ ਵਾਇਰਲ ਕਰ ਦੇਣ ਹਾ ਪੱਥਰ ਕਿਸ ਨੇ ਮਾਰੇ ਬਰਾਬਰ ਕੇਸ ਦਰਜ ਕਰਵਾਉਣ ਤਾਂ ਇਹ ਵੀ ਜ਼ਿਕਰ ਹੋ ਰਿਹਾ ਹੈ ਕਿ ਟਾਲੀ ਖਾਤਨਾਲ ਨਹੀਂ ਵੱਜਦੀ ਜੇਕਰ ਬੈਂਸ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਤਾਂ ਬੈਂਸ ਦੇ ਸਮਰਥਕ ਵੀ ਇਹ ਵੀਡੀਓ ਜਾਰੀ ਕਰਨ ਉਹਨਾਂ ਦੇ ਵੱਲੋਂ ਵੀ ਦਿਖਾਇਆ ਜਾਵੇ ਕਿ ਬੈਂਸ ਦੇ ਸਮਰਥਕਾਂ ਦੇ ਉੱਤੇ ਵੀ ਉੱਥੋਂ ਦੀ ਪਥਰਾਵ ਹੋਇਆ ਸੀ ਤਾਂ ਕਹਿੰਦੇ ਕਿ ਬਰਾਬਰ ਪਰਚਾ ਦਰਜ ਹੋਣਾ ਚਾਹੀਦਾ ਪਰ ਅਜੇ ਫਿਲਹਾਲ ਪਰਚਾ ਜੋ ਹੈ ਉਹ ਸਿਮਰਜੀਤ ਬੈਂਸ ਔਰ ਅਣਪਛਾਤੇ ਵਿਅਕਤੀਆਂ ਦੇ ਉੱਤੇ ਹੀ ਦਰਜ ਕੀਤਾ ਗਿਆ ਜਿਸ ਦੇ ਵਿੱਚ ਗੋਲੀ ਚਲਾਉਂਦਿਆਂ ਦੀਆਂ ਜੋ ਵੀਡੀਓ ਹੈ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਇਸ ਦੇ ਨਾਲ-ਨਾਲ ਜੋ ਹੈ ਉਹ ਸਿਮਰਜੀਤ ਬੈਂਸ ਦੀ ਜੋ ਇਸ ਵੇਲੇ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤਾਂ ਬੈਂਸ ਦੇ ਜੋ ਸਮਰਥਕ ਨੇ ਉਹ ਬੈਂਸ ਦੇ ਲਈ ਵੀ ਗੱਲ ਕਹਿ ਰਹੇ ਨੇ ਔਰ ਨਾਲ ਹੀ ਕੜਵਲ ਦੇ ਸਮਰਥਕ ਜੋ ਨੇ ਉਹ ਕੜਵਲ ਦੀ ਵੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਪਰ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਮੁੱਦੇ ਕਿਉਂ ਚੋਣਾਂ ਦੇ ਵਿੱਚੋਂ ਗਾਇਬ ਹੋ ਜਾਂਦੇ ਨੇ ਅਸਲ ਮੁੱਦੇ ਦੇ ਉੱਤੇ ਕਿਉਂ ਨਹੀਂ ਕੋਈ ਚੋਣ ਲੜਦਾ ਕਿਉਂ ਆਪਸ ਦੇ ਵਿੱਚ ਕਿੜਕੜਨੀ ਸ਼ੁਰੂ ਹੋ ਜਾਂਦੀ ਹੈ ਕਿਉਂ ਆਪਸ ਆਪਸ ਦੇ ਵਿੱਚ ਟੱਕਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂ ਕਾਨੂੰਨ ਨੂੰ ਐਨੇ ਸੌਖੇ ਤਰੀਕੇ ਦੇ ਨਾਲ ਲੈ ਲਿਤਾ ਜਾਂਦਾ ਹੈ ਕਾਨੂੰਨ ਦੀਆਂ ਧੱਜੀਆਂ ਕਿਉਂ ਉਡਾਈਆਂ ਜਾਂਦੀਆਂ ਨੇ ਕਾਨੂੰਨ ਨੂੰ ਕਿਉਂ ਨਹੀਂ ਕੋਈ ਸਮਝਦਾ ਕਾਨੂੰਨ ਤੋਂ ਕਿਉਂ ਨਹੀਂ ਕੋਈ ਡਰਦਾ ਜੇ ਸਿਆਸਤਦਾਨ ਹੀ ਕਾਨੂੰਨ ਦੀਆਂ ਧੱਜੀਆਂ ਹਣਾਉਂਦੇ ਹੋਏ ਨਜ਼ਰ ਆਉਣਗੇ ਫਿਰ ਉਹ ਭਾਵੇਂ ਕੜਵਲ ਹੋਣ ਭਾਵੇਂ ਉਹ ਬੈਂਚ 'ਤੇ ਦੋਵਾਂ ਦੀ ਹੀ ਆਪਾਂ ਜੇ ਇਸ ਦੇ ਵਿੱਚ ਗੱਲ ਕਰੀਏ ਤਾਂ ਟੱਕਰਾ ਦੋਵਾਂ ਦੇ ਦਰਮਿਆਨ ਹੋਇਆ ਇੱਟਾ ਰੋਲੇ ਦੋਵੇਂ ਪਾਸੋਂ ਚੱਲੇ ਨੇ ਜੇਦਰੋਦੀ ਟੱਕਰਾ ਹੋਇਆ ਹੈ ਇਦਰੋਦੀ ਪਥਰਾਵ ਹੋਇਆ ਤਾਂ ਉਦਰੋਦੀ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਧਰਲੇ ਪਾਸੋਂ ਵੀ ਟੱਕਰਾ ਹੋਇਆ ਹੈ ਤਾਂ ਚੋਣਾ ਨੇ ਚੋਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜ਼ਰੂਰ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀਆਂ ਨੇ ਗਲਤ ਸਨੇਹਾ ਜਾ ਸਕਦਾ ਹੈਗਾ ਇਹ ਗਲਤ ਸਨੇਹਾ ਕਿਉਂ ਗਿਆ ਇਹ ਇਹ ਗਲਤ ਸਨੇਹਾ ਇਸੇ ਕਰਕੇ ਗਿਆ ਹੈ ਕਿ ਆਪਸ ਦੇ ਵਿੱਚ ਜਿਹੜੀ ਹੈ ਇਹ ਲੀਡਰਾਂ ਦੀ ਆਪਸੀ ਰੰਜਿਸ਼ ਪੈਦਾ ਹੋ ਜਾਂਦੀ ਹੈ ਤਾਂ ਇਹਨਾਂ ਦੇ ਸੁਪਨੇ ਦੇ ਵਿੱਚ ਵੀ ਬਹਿਸ ਆਉਂਦਾ ਹੈ ਔਰ ਉਹਨਾਂ ਨੇ ਗੋਲੀ ਚਲਾਈਏ ਮੈਂ ਨਹੀਂ ਚਲਾਈ ਇਹ ਕਹਿਣਾ ਹੈ ਸਿਮਰਜੀਤ ਬਹਿਸ ਦਾ ਸਿਮਰਜੀਤ ਬਹਿਸ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੇ ਦਾ ਸੁਪਨਿਆਂ ਦੇ ਵਿੱਚ ਵੀ ਬੈਂਸ ਆਉਂਦਾ ਹੈ ਔਰ ਗੋਲੀ ਉਹਨਾਂ ਦੇ ਵੱਲੋਂ ਚਲਾਈ ਗਈ ਹੈ ਪਰ ਜੋ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਹੈ ਕਿ ਬੈਂਸ ਹੀ ਗੋਲੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੇਕਰ ਕੋਈ ਹੋਰ ਵੀਡੀਓ ਵੀ ਹੈ ਤਾਂ ਤੁਸੀਂ ਉਹ ਪ੍ਰੋ ਪੰਜਾਬ ਟੀਵੀ ਦੇ ਨੂੰ ਭੇਜ ਸਕਦੇ ਹੋ ਸੀ ਉਹ ਵੀ ਵੀਡੀਓ ਜਿਹੜੀ ਹੈ ਉਹ ਲੋਕਾਂ ਤੱਕ ਦਰਸ਼ਕਾਂ ਤੱਕ ਪਹੁੰਚਾਵਾਂਗੇ ਹਾਲਾਂਕਿ ਇਹ ਵੀਡੀਓ ਸਾਡੇ ਕੋਲ ਆਈ ਹੈ ਜਿਸ ਦੇ ਵਿੱਚ ਬੈਂਸ ਨਜ਼ਰ ਆ ਰਹੇ ਨੇ ਤਾਂ ਜੇਕਰ ਬੈਂਸ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਜਿਸ ਦੇ ਕੋਲ ਕਿਸੇ ਕੋਲ ਕੋਈ ਵੀਡੀਓ ਵੀ ਹੈ ਉਹ ਵੀ ਸਾਨੂੰ ਭੇਜ ਸਕਦਾ ਹੈਗਾ ਤਾਂ ਅਸੀਂ ਉਹ ਵੀ ਵੀਡੀਓ ਦਿ ਸਿਆਸਤਦਾਨ ਆਪਸੀ ਰੰਜਿਸ਼ ਦੇ ਚਲਦਿਆਂ ਇਹੋ ਜਿਹਿਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਨੇ ਔਰ ਇਹੋ ਜੀ ਹੱਦ ਤੇ ਉਤਰ ਆਉਂਦੇ ਨੇ ਕਿ ਗੋਲੀਆਂ ਤੱਕ ਜਿਹੜੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿਮਰਜੀਤ ਬੈਂਸ ਦੇ ਵੱਲੋਂ ਜੋ ਗੋਲੀ ਚਲਾਈ ਗਈ ਸੀ ਉਸ ਦੀ ਐਕਸਕਲੂਸਿਵ ਤਸਵੀਰ ਪ੍ਰੋ ਪੰਜਾਬ ਟੀਵੀ ਦੇ ਉੱਤੇ ਤੁਸੀਂ ਦੇਖ ਰਹੇ ਹੋ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ